ਆ ਦੋਸਤੋ ਮੰਮਦੇ ਪੁਹੇ ਬਾਰੀਆਂ ਚ ਇੱਕ ਗਜ਼ਲ ਹਾਜ਼ਰ ਹੈ ਕਿ ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਢਾਬ ਪੱਤੀ ਪੱਤੀ ਕਿਰ ਚੱਲਿਆ ਹੈ ਸਾਡਾ ਸੁਰਖ ਗੁਲਾਬ ਕਿਸ ਚੰਦਰੇ ਨੇ ਲਿਖਿਆ ਹੈ ਜੰਗਲ ਦਾ ਕਾਨੂੰਨ ਅੱਖਰ ਅੱਖਰ ਖਾਣ ਨੂੰ ਆਵੇ ਆਦਮ ਖੋਰ ਕਿਤਾਬ ਸੰਕਟ ਕਾਲ ਦੇ ਜੰਮੇ ਜਾਏ ਪੁੱਛਣਗੇ ਜਦ ਸਾਨੂੰ ਸਿਵਿਆਂ ਦੇ ਵਿਸਥਾਰ ਦੇ ਬਾਰੇ ਕਿਹੜਾ ਦੇਊ ਜਵਾਬ ਸਾਹਾਂ ਦੀ ਏ ਡੋਰ ਪੂਰੇ ਸੰਦ ਦੇ ਪੈਰੀ ਉਲਜੀ ਮੈਂ ਜਾਣਾ ਜਾਂ ਮੌਲਾ ਜਾਣੇ ਹੋਈ ਜੋ ਮੇਰੀ ਬਾਬ ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ ਚੁਸਤ ਮਜੌਰਾ ਵਖਰੇ ਕੀਤੇ ਬਾਣੀ ਐ ਤੇ ਰਬਾਬ ਸਤਲੁਜ ਤੇ ਰਾਵੀ ਵਿੱਚ ਡੁੱਬੀਆਂ ਹੇਕਾਂ ਚੀਕਾਂ ਕੋਕਾਂ ਹੰਝੂਆਂ ਨਾਲ ਵਿਆਸਾ ਭਰਿਆ ਨੱਕੂ ਨੱਕ ਜਨਾਬ ਨੇਰੇ ਦੇ ਵਿੱਚ ਟੋਟੋ ਤੁਰੀਏ ਰੋਜ਼ਾ ਨਹੀਂ ਪੁਰੀਏ ਸਮਝ ਨਾ ਆਵੇ ਕਦ ਮੁਕੇਗਾ ਯਾਰੋ ਚੰਦਰਾ ਖਾਬ ਪੱਤੀ ਪੱਤੀ ਕਿਰ ਚੱਲਿਆ ਹੈ ਸਾਡਾ ਸੁਰਖ ਗੁਲਾਬ ਪੰਜ ਦਰਿਆ ਪੰਜਾਬ ਬਣ ਗਿਆ ਢਾਈ ਦਰਿਆ ਟਾਗ ਦੋਸਤੋ ਪੰਜਾਬ ਦੇ ਸੰਤਾਪੇ ਦਿਨਾਂ ਦੀ ਇਹ ਰਚਨਾ ਲਗਭਗ 1985 ਦੇ ਨੇੜੇ ਤੇੜ ਮੈਂ ਲਿਖੀ ਸੀ ਜਿਹੜੀ ਇਸ ਪੁਸਤਕ ਵਿੱਚ ਸ਼ਾਮਲ ਹੈ ਤੁਹਾਡਾ ਆਪਣਾ ਗੁਰਪ੍ਰਜਨ ਗਿਲ